ऐ अल्लाह, हम तेरी ही इबादत करते हैं और तुझे से मदद मांगते हैं। आवाज़ की दुनिया के दोस्तों, अस्सलाम वालेकुम। मेरा एनिमल टीवी ते खुश आमदीद। मैं ताड़ा मेज़बान मुहम्मद अफजल ते तुसी वेखदे पए हो मेरा एनिमल टीवी। मेरा एनिमल टीवी लाइक करो, सबसक्राइब करो, शुक्रिया। ते नाल ही लगे हुए बैल आइकॉन दे बटन दबाओ ਤਾਂ ਕਿ ਮੇਰੀ ਹਰ ਨਵੀਂ ਆਉਣ ਵਾਲੀ ਲੇਟੈਸਟ ਵੀਡੀਓ ਦੋਸਤਾਂ ਮੇਰਿਆਂ ਤੱਕ ਸਭ ਤੋਂ ਪਹਿਲੇ ਪਹੁੰਚੇ। ਜਨਾਬ, ਮੇਰੀ ਦੁਆ ਹੈ ਮੇਰੇ ਦੋਸਤ ਵੀਰ, ਮੇਰੇ ਸਬਸਕ੍ਰਾਈਬਰ ਔਰ ਮੇਰੇ ਐਨੀਮਲ ਟੀਵੀ ਦੇ ਨਾਲ ਪਿਆਰ ਕਰਨ ਵਾਲੇ ਜਿੱਥੇ ਵੀ ਵੱਸ ਰਹੇ ਨੇ, ਖੁਸ਼ ਵੱਸ ਰਹੇ ਨੇ, ਅੱਲਾਹ ਤਾਲਾ ਦੀਆਂ ਢੇਰ ਰਹਿਮਤਾਂ ਨਾਜ਼ਲ ਹੋ ਰਹੀਆਂ ਨੇ। ਜਨਾਬ, ਅੱਜ ਦੋਸਤਾਂ ਵੀਰਾਂ ਦੀ ਖਿਦਮਤ ਦੇ ਵਿੱਚ ਚੋਲਸਤਾਨੀ ਅਤੇ ਫਰੀਜ਼ਨ ਦਾ ਕ੍ਰਾਸ ਰੈਡੀ ਲੈ ਕੇ ਹਾਜ਼ਰ ਹੋਇਆ ਅੱਲਾਹ ਦੇ ਫਜ਼ਲ ਦੇ ਨਾਲ। ਦੋਸਤਾਂ ਵੀਰਾਂ ਨੂੰ ਪਤਾ ਹੈ ਮੇਰਾ ਐਨੀਮਲ ਟੀਵੀ ਸਾਫ਼ ਸੁਥਰਾ, ਸੁੱਚਾ ਅਤੇ ਖਰਾ ਜਾਨਵਰ ਵੇਚਦਾ ਹੈ ਅਤੇ ਸੁੱਚੇ ਅਤੇ ਖਰੇ ਸੌਦੇ ਲੈ ਕੇ ਹਾਜ਼ਰ ਹੁੰਦਾ ਹੈ ਅਤੇ ਸੋਨਾ ਹੀ ਵੇਚੀਦਾ। ਬਾਕੀ ਦੋਸਤਾਂ ਨੂੰ ਦੱਸੀਏ, ਅੱਜ ਦਾ ਜਾਨਵਰ ਚੋਲਸਤਾਨੀ ਅਤੇ ਫਰੀਜ਼ਨ ਕ੍ਰਾਸ ਹੈ। ਪਹਿਲਾ ਵਾਰਾ ਸੂਈ ਹੈ, ਪਹਿਲਣੇ ਮੂੰਹੋਂ ਚਾਰ ਦੰਦ ਦੇ ਅਤੇ ਤਾਜ਼ਾ ਸੂਈ ਹੈ। ਸੂਈ ਨੂੰ ਹੋ ਗਿਆ ਜਨਾਬ 2 ਘੰਟੇ, 2 ਘੰਟੇ ਹੋ ਗਏ ਹੋਣੇ ਨੇ, 2 ਘੰਟੇ ਹੋ ਗਏ ਜਨਾਬ ਸੂਈ ਨੂੰ। ਜੇਰ ਪਾ ਲਈਏ, ਮੁਕੰਮਲ ਡਿਲੀਵਰੀ ਹੋ ਚੁੱਕੀ ਹੈ। ਚੋਲਸਤਾਨੀ ਫਰੀਜ਼ਨ ਕ੍ਰਾਸ ਹੈ, ਪਹਿਲਾ ਵਾਰਾ ਸੂਈ ਹੈ ਔਰ ਦਿੱਤੀ ਵੀ ਵੱਛੀ ਹੈ, ਪਿੱਛੇ ਵੀ ਵੱਛੀ ਹੈ, ਗਾਏ ਖੁਦ ਵੀ ਵੱਛੀ ਹੈ। ਮਾਸ਼ਾਅੱਲਾ ਮਾਸ਼ਾਅੱਲਾ, ਅੱਜ ਦਾ ਜਾਨਵਰ ਬਹੁਤ ਪਿਆਰਾ ਹੈ। ਬਾਕੀ ਦੋਸਤਾਂ ਨੂੰ ਦੱਸੀਏ, ਸਾਫ਼ ਸੁਥਰਾ ਜਾਨਵਰ ਲੈਣਾ ਹੋਵੇ ਤਾਂ ਸਿਰਫ ਮੇਰਾ ਐਨੀਮਲ ਟੀਵੀ ਤੋਂ ਲੱਭੇਗਾ। ਪਛਤਾਉਣ ਦਾ ਕੋਈ ਫਾਇਦਾ ਨਹੀਂ, ਪਛਤਾਵੇ ਤੋਂ ਬਚਣਾ ਅਤੇ ਜਾਨਵਰ ਮੇਰਾ ਐਨੀਮਲ ਟੀਵੀ ਤੋਂ ਲੈਣਾ। ਇੰਤਜ਼ਾਰ ਕਰ ਲਿਆ ਕਰੋ, ਡੇਲੀ ਵੇਜਸ 'ਤੇ ਵੀਡੀਓ ਲਗਾਈ ਦੀਏ, ਤੁਹਾਡੇ ਵਾਸਤੇ ਲਗਾਈ ਦੀਏ, ਦੋਸਤਾਂ ਵਾਸਤੇ ਲਗਾਈ ਦੀਏ ਅਤੇ ਸਾਫ਼ ਸੁਥਰਾ ਲਗਾਈਦਾ। ਅਤੇ ਬਾਕੀ ਮੇਰਾ ਐਨੀਮਲ ਟੀਵੀ ਦਾ ਇੱਕ ਨਾਰਾ ਮਿਸ਼ਨ ਹੈ, ਘਰ ਦਾ ਦੁੱਧ ਘਰ ਦੀ ਚਾਹ, ਲਾ ਫੈਂਟਾ ਅਤੇ ਪੀ ਚਾਹ। ਇਸ ਮਿਸ਼ਨ 'ਤੇ ਮੇਰਾ ਐਨੀਮਲ ਟੀਵੀ ਦਾ ਕਾਫਲਾ ਰਵਾਂ ਦਾ। ਮੈਂ ਸੋਨਾ ਲੈਣਾ, ਜੇ ਲੈਣਾ ਸੋਨਾ ਦੋਸਤਾਂ ਵੀਰਾਂ ਨੇ, ਦਿਖਾਉਂਦੇ ਹਾਂ ਫਿਰ ਸੋਨਾ। ਲਓ ਜੀ ਦੋਸਤੋ, ਇਹ ਵੱਛੀ ਨੂੰ ਥੋੜ੍ਹਾ ਪਿੱਛੇ ਕਰਿਆ ਜੀ, ਅਗਲੇ ਪਾਸੇ ਕਰ ਲਓ। ਲਓ ਜੀ ਦੋਸਤੋ, ਮਾਸ਼ਾਅੱਲਾ ਮਾਸ਼ਾਅੱਲਾ, ਦੋਸਤਾਂ ਵੀਰਾਂ ਦੇ ਸਾਹਮਣੇ ਗਾਏ। ਬਸ ਇੱਥੇ ਬਹਿ ਜਾ, ਇੱਥੇ ਬਹਿ ਜਾ, ਇਹਨੂੰ ਪਕੜ ਕੇ ਬਹਿ ਜਾ। ਦੋਸਤਾਂ ਵੀਰਾਂ ਦੇ ਜਨਾਬ ਸਾਹਮਣੇ ਗਾਏ ਚੋਲਸਤਾਨੀ ਫਰੀਜ਼ਨ ਕ੍ਰਾਸ, ਪਹਿਲਾ ਵਾਰਾ ਸੂਈ ਹੈ, ਪਹਿਲਣੇ ਮੂੰਹੋਂ ਚਾਰ ਦੰਦ ਦੇ। ਮਾਸ਼ਾਅੱਲਾ, ਸਭ ਤੋਂ ਪਹਿਲੇ ਜਨਾਬ ਦੋਸਤ ਵੀਰ ਗਾਏ ਦਾ ਪ੍ਰਿੰਟ ਚੈੱਕ ਕਰ ਲੈਣ, ਕਿਤਨਾ ਖੂਬਸੂਰਤ ਪ੍ਰਿੰਟ ਹੈ। ਪ੍ਰਿੰਟ ਬੜਾ ਲਾਜਵਾਬ ਹੈ, ਬੜਾ ਖੂਬਸੂਰਤ ਪ੍ਰਿੰਟ ਦੇ ਵਿੱਚ ਹੈ ਅਤੇ ਨਸਲ ਜ਼ਾਤ ਵੀ ਬਹੁਤ ਚੰਗੀ ਦੇ ਵਿੱਚ ਹੈ। ਇਹ ਗਾਏ ਦੀ ਜਨਾਬ ਖੱਬੀ ਸਾਈਡ ਹੈ, ਲੈਫਟ ਸਾਈਡ ਜਿਹਨੂੰ ਆਪਾਂ ਸਾਧਨੇ ਹਾਂ, ਲੈਫਟ ਸਾਈਡ ਹੈ। ਮਾਸ਼ਾਅੱਲਾ ਗਾਏ ਦੇ ਕੋਲ ਕੱਦ ਬੜਾ, ਗਾਏ ਦੇ ਕੋਲ ਲੰਬਾਈਆਂ ਬੜੀਆਂ। ਪਹਿਲਣ ਹੋ ਕੇ ਪਹਿਲਾ ਵਾਰਾ ਸੂਈਏ, ਪੂਰੀਆਂ ਖੂਬਸੂਰਤੀਆਂ ਦੇ ਵਿੱਚ, ਪੂਰੀਆਂ ਬਰੀਕੀਆਂ ਦੇ ਵਿੱਚ ਗਾਏ ਦੇ ਜਨਾਬ ਪੈਰਾਂ ਤੋਂ ਸਟਾਰਟ ਹੋਣਾ ਦੋਸਤਾਂ ਵੀਰਾਂ ਨੇ ਅਤੇ ਕੰਢ ਤੱਕ ਨਜ਼ਰ ਮਾਰਨੀ ਹੈ। ਮਾਸ਼ਾਅੱਲਾ ਅੱਲਾਹ ਦੇ ਫਜ਼ਲ ਦੇ ਨਾਲ ਗਾਏ ਦੀਆਂ ਲੰਬਾਈਆਂ ਵੀ ਦੋਸਤਾਂ ਵੀਰਾਂ ਦੇ ਸਾਹਮਣੇ ਨੇ ਅਤੇ ਗਾਏ ਦੀਆਂ ਬਰੀਕੀਆਂ ਵੀ ਦੋਸਤਾਂ ਵੀਰਾਂ ਦੇ ਸਾਹਮਣੇ ਨੇ। ਦੋਸਤ ਵੀਰ ਫੋਨ ਕਰਦੇ ਨੇ ਕਿ ਅਫਜ਼ਲ ਬਾਈ ਕੋ ਘਰ ਰੱਖਣ ਵਾਸਤੇ ਸਾਫ਼ ਸੁਥਰੀ ਗਾਏ ਦੇ ਲੱਭ ਕੇ, ਅਤੇ ਅੱਜ ਦਾ ਜਾਨਵਰ ਘਰ ਰੱਖਣ ਵਾਸਤੇ 100% ਬਿਹਤਰੀਨ ਹੈ ਜਾਨਵਰ ਔਰ ਅਸੀਲ ਸ਼ਰਾਫ ਹੈ। ਔਰਤਾਂ ਬੀਬੀਆਂ ਤਸੱਲੀ ਨਾਲ ਚੋ ਸਕਦੀਆਂ ਨੇ ਕਿਉਂਕਿ ਪੂਰੀ ਅਸੀਲ ਹੈ। ਪਹਿਲਣ ਵਹਿੜੀ ਅਤੇ ਅੱਲਾਹ ਦੇ ਫਜ਼ਲ ਦੇ ਨਾਲ ਦੁੱਧ ਦੇਣ ਵਾਲੀ ਪੂਰੀ ਬਰੀਕ ਵੈੜੀ, ਔਰ ਪਹਿਲਣਾਂ ਨੂੰ ਮਾਸ਼ਾਅੱਲਾ ਮਾਸ਼ਾਅੱਲਾ ਇੰਨਾ ਥਣ ਸੋਹਣਾ ਔਰ ਏਡਾ ਲਿਬਾਸ ਵਰਨਾ ਸੋਹਣਾ ਨਹੀਂ ਲੱਗਦਾ ਜਿੰਨਾ ਇਹਨੂੰ ਲੱਗਿਆ ਹੋਇਆ। ਇਹ ਜਨਾਬ ਸਾਈਡ ਸੀ ਲੈਫਟ, ਮਾਸ਼ਾਅੱਲਾ। ਔਰ ਬਾਕੀ ਗਾਏ ਦਾ ਮੂੰਹ ਸਿੱਧਾ ਕਰੋ ਜੀ, ਗਾਏ ਨੂੰ ਜਨਾਬ ਚੋਲਸਤਾਨੀ ਅਤੇ
ਫਰੀਜ਼ਨ ਦਾ ਕਰਾਸ ਹੈ ਗਾਏ ਦੀ ਜਨਾਬ, ਫੇਸ ਕੁਆਲਿਟੀ ਵੇਖ ਲੈਣੀ ਹੈ, ਸੋਹਣੀ ਫੇਸ ਕੁਆਲਿਟੀ ਔਰ ਸੋਹਣੀ ਗਰਦਨ, ਸੋਹਣਾ ਜਿਸਮ, ਕੰਡ ਵੇਖ ਲਓ ਦੋਸਤੋ, ਬਿਲਕੁਲ ਜਨਾਬ ਕੰਡ ਦੀ ਪੱਧਰ, ਬਿਲਕੁਲ ਜਨਾਬ ਕੰਡ ਦੀ ਪੱਧਰ ਹੈ, ਫੱਟੀ ਲੱਗੀ ਹੋਈ ਕੰਡ 'ਤੇ, ਇਹਨੂੰ ਕਹਿੰਦੇ ਨੇ ਕਰਾਸ। ਇਹ ਜਨਾਬ ਚੋਲਸਤਾਨੀ ਅਤੇ ਫਰੀਜ਼ਨ ਦੇ ਕਰਾਸ ਦੇ ਵਿੱਚ ਹੈ। ਖੱਬੀ ਸਾਈਡ, ਸੱਜੀ ਸਾਈਡ ਦਿਖਾਓ, ਪ੍ਰਿੰਟ ਬੜਾ ਲਾਜਵਾਬ ਹੈ। ਪਿੱਛੇ ਵੱਛੀ, ਇੱਕ ਦੀਆਂ ਦੋ ਗਾਵਾਂ, ਪਿੱਛੇ ਜਿਹੜੀ ਬਛੜੀ ਹੈ ਉਹ ਵੀ ਬੜੀ ਨਾਯਾਬ ਹੈ। ਇੱਥੇ ਰੋਕ ਲਓ, ਇਹ ਜਨਾਬ ਦੂਸਰੀ ਸਾਈਡ ਹੈ ਗਾਏ ਦੀ, ਜਿਹਨੂੰ ਆਪਾਂ ਕਹਿ ਸਕਦੇ ਹਾਂ ਸੱਜੀ ਰਾਈਟ ਸਾਈਡ। ਮਾਸ਼ਾਅੱਲਾ ਦੋਸਤਾਂ ਵੀਰਾਂ ਦੇ ਸਾਹਮਣੇ ਗਾਏ ਦੇ ਕੋਲ ਪ੍ਰਿੰਟ ਕਿਤਨਾ ਲਾਜਵਾਬ ਹੈ, ਬੜਾ ਸੋਹਣਾ ਪ੍ਰਿੰਟ ਰੱਖਦੀ ਹੈ। ਬਾਕੀ ਦੋਸਤਾਂ ਨੂੰ ਪਤਾ ਹੈ ਦੋਨੇ ਸਾਈਡਾਂ ਦਹਾਤੀਆਂ ਨੇ, ਤਸੱਲੀ ਨਾਲ, ਬਾਕੀ ਸੌਦੇ ਨਸੀਬਾਂ ਦੇ ਲੈਣਾ ਦੇਣਾ ਮੁਕੱਦਰ ਹੋਵੇਗਾ। ਪੂਰੀਆਂ ਖੂਬਸੂਰਤੀਆਂ, ਪੂਰੀਆਂ ਬਰੀਕੀਆਂ, ਪੂਰੀ ਮੇਮ, ਪੂਰੀ ਨਖਰੇ ਵਾਲੀ, ਅੱਲਾ ਦੇ ਫਜ਼ਲ ਦੇ ਨਾਲ। ਔਰ ਜਿਹੜਾ ਅੱਜ ਰੇਟ ਕਰਨਾ ਦੇਸੀਆਂ ਵਾਲਾ, ਦੇਸੀ ਮੁੱਲ 'ਚ ਵੇਚਾਂਗੇ ਦੋਸਤਾਂ ਵੀਰਾਂ ਦੀਆਂ ਡਿਮਾਂਡਾਂ ਹੀ ਪੂਰੀਆਂ ਕਰੀਆਂ ਨੇ। ਫੇਸ ਕੁਆਲਿਟੀ ਵੇਖ ਲੈਣੀ ਹੈ, ਕੈਸੀ ਖੂਬਸੂਰਤ ਹੈ, ਸੋਹਣੀ ਬੂਥੀ, ਸੋਹਣੀ ਅੱਖ, ਸੋਹਣਾ ਕੰਨ ਅਤੇ ਸੋਹਣਾ ਮੱਥਾ ਅਤੇ ਸੋਹਣਾ ਸਿੰਘ। ਕਿਆ ਬਾਤ ਹੈ, ਸੋਹਣੀ ਬੂਥੀ, ਸੋਹਣੀ ਅੱਖ, ਸੋਹਣਾ ਮੱਥਾ, ਸੋਹਣਾ ਕੰਨ ਅਤੇ ਸੋਹਣਾ ਸਿੰਘ। ਸਿੰਘ ਵੀ ਸਿਰਫ ਤਿੰਨ ਤਿੰਨ ਉਂਗਲ ਦਾ, ਬਸ ਕੰਡ 'ਤੇ ਫੱਟੀ ਲੱਗੀ ਹੋਈ ਹੈ, ਬਿਲਕੁਲ ਪੱਧਰ ਬਰਾਬਰ, ਕਿਉਂਕਿ ਚੋਲਸਤਾਨੀ ਅਤੇ ਫਰੀਜ਼ਨ ਦਾ ਕਰਾਸ ਹੈ। ਪਹਿਲਣ ਹੋ ਗਏ, ਅੱਲਾ ਦੇ ਫਜ਼ਲ ਦੇ ਨਾਲ ਦੁੱਧ ਦੀ ਨਹਿਰ ਹੈ, ਰਜਾ ਦੇਗੀ। ਪਿੱਛੇ ਵੱਛੀ ਵੀ ਬੜੀ ਨਸਲ ਜ਼ਾਤ ਦੇ ਵਿੱਚ, ਇਹਨੂੰ ਛੱਡ ਕੇ ਟੋਰ ਕੇ ਦਿਖਾਓ ਜੀ, ਟੋਰ ਕੇ ਦਿਖਾ ਮੇਰਾ ਭਰਾ। ਇਹ ਲਬਾਈਆਂ, ਇਹ ਟੋਰਾਂ ਦੋਸਤਾਂ ਵੀਰਾਂ ਨੇ ਵੇਖਣੀਆਂ ਨੇ। ਵਾਪਸ ਲਿਆ ਲੰਬੀ ਟੋਰ, ਪਿੱਛੇ ਵੱਛੀ, ਇੱਕ ਦੀਆਂ ਦੋ ਗਾਵਾਂ, ਪਿੱਛੇ ਵੱਛੀ, ਮਾਸ਼ਾਅੱਲਾ। ਇਹ ਦੋਸਤਾਂ ਨੇ ਖੁਦ ਅੰਦਾਜ਼ਾ ਕਰਨਾ, ਲੰਬਾਈਆਂ ਦਾ, ਉਚਾਈਆਂ ਦਾ, ਮੋਟਾਈਆਂ ਦਾ, ਸਾਰੀਆਂ ਗੱਲਾਂ ਦੋਸਤਾਂ ਵੀਰਾਂ ਨੇ ਪੈਰਾਂ ਤੋਂ ਲੈ ਕੇ ਅਤੇ ਕੰਢ ਦੇ ਆਖਰੀ ਵਾਲ ਤੱਕ ਚੈੱਕ ਕਰਨੀ, ਮਾਸ਼ਾਅੱਲਾ। ਔਰ ਅਸੀਲਤਾਂ ਦੀ ਭਰੀ ਹੋਈ, ਔਰਤਾਂ ਬੀਬੀਆਂ ਤਸੱਲੀ ਨਾਲ ਚੋਹ ਪੀ ਸਕਦੀਆਂ ਨੇ, ਮਾਸ਼ਾਅੱਲਾ। ਔਰ ਥਾਣੇ ਜਿਹੜਾ ਮੁੱਠ ਮੁੱਠ ਦਾ, ਸੋਹਣਾ ਲਾਜਵਾਬ। ਹੁਣ ਦਿਖਾਵਾਂਗੇ ਲਬਾਸਵਾਨਾ, ਜਿਹੜਾ ਕਿ ਇਸ ਗਾਏ ਨੂੰ ਸੋਹਣਾ ਲੱਗਿਆ, ਅੱਲਾਹ ਤਾਲਾ ਨੇ ਬੜਾ ਖੂਬਸੂਰਤ ਔਰ ਬੜੇ ਸੋਹਣੇ ਹਵਾਨੇ ਨਾਲ ਨਵਾਜ਼ਿਆ ਹੈ, ਮਾਸ਼ਾਅੱਲਾ। ਇਹ ਜਨਾਬ ਦੋਸਤਾਂ ਵੀਰਾਂ ਨੇ ਖੁਦ ਅੰਦਾਜ਼ਾ ਕਰਨਾ ਕਿ ਗਾਏ ਦੇ ਕੋਲ ਲਬਾਸਵਾਨਾ ਕਿਤਨਾ ਪਿਆਰਾ ਹੈ, ਮਾਸ਼ਾਅੱਲਾ। ਟੋਰੋ ਜੀ ਟੋਰੋ, ਅੱਗੇ ਕਰੋ, ਮਾਸ਼ਾਅੱਲਾ। ਟੁਰੀ ਜਾਂਦੀ ਦਾ ਵੀ ਲਬਾਸਵਾਨਾ ਦੋਸਤਾਂ ਵੀਰਾਂ ਨੇ ਵੇਖਣਾ। ਇਹਨੂੰ ਕਹਿੰਦੇ ਨੇ ਭਾਗ ਨਸੀਬ, ਅੱਲਾਹ ਤਾਲਾ ਨੇ ਬੜੇ ਲਾਏ ਨੇ। ਔਰ ਜਿਹੜਾ ਥਣ ਲਾਇਆ, ਕਾਲਾ ਸਿਆਹ ਮੁੱਠ ਮੁੱਠ ਦਾ ਅਤੇ ਪੂਰੀਆਂ ਵੰਡਾਂ ਵਿਰਲਾਂ 'ਤੇ, ਇਸ ਤਰ੍ਹਾਂ ਜਨਾਬ ਕਿ ਜਿਸ ਤਰ੍ਹਾਂ ਮਿਸਤਰੀ ਨੇ ਨਾਪ ਤੋਲ ਕੇ ਅਤੇ ਮਿੱਟੀ ਨਾਲ ਕੱਢ ਦਿੱਤੇ ਨੇ, ਮਾਸ਼ਾਅੱਲਾ। ਬੰਨ ਦਿਓ ਜੀ ਟੋਰਾਂ ਸੋਹਣੀਆਂ। ਇਹ ਜਨਾਬ ਮਾਸ਼ਾਅੱਲਾ ਥਣ ਵੇਖਣੇ ਨੇ ਦੋਸਤਾਂ ਵੀਰਾਂ ਨੇ। ਦਿਲ ਰਾਜ਼ੀ ਨਾ ਹੋਵੇ ਅੱਜ ਦਾ ਜਾਨਵਰ ਵੇਖ ਕੇ, ਅਤੇ ਕਹਿਣਾ ਗੱਲਾਂ ਹੀ ਕਰਦਾ ਤੁਹਾਡਾ ਵੀਰ ਮੁਹੰਮਦ ਅਫਜ਼ਲ। ਇਹ ਜਨਾਬ ਖੱਬੀ ਸਾਈਡ ਤੋਂ ਬਹਿਣੀ ਵਾਲੀ ਸਾਈਡ ਸੀ ਲਬਾਸਵਾਨਾ, ਮਾਸ਼ਾਅੱਲਾ। ਅਤੇ ਇਹ ਜਨਾਬ ਅਨਬਹਿਣੀ ਵਾਲੀ ਸਾਈਡ ਤੋਂ ਸੋਹਣਾ ਥਣ, ਸੋਹਣੀਆਂ ਵੰਡਾਂ ਵਿਰਲਾਂ 'ਤੇ, ਅਤੇ ਥਣ ਵੇਖਣਾ ਦੋਸਤਾਂ ਵੀਰਾਂ ਨੇ ਕੈਸਾ ਲਾਜਵਾਬ ਅੱਲਾਹ ਤਾਲਾ ਨੇ ਲਾਇਆ, ਸੋਹਣਾ ਮੁੱਠ ਮੁੱਠ ਦਾ। ਅਤੇ ਅੱਲਾਹ ਦੇ ਫਜ਼ਲ ਦੇ ਨਾਲ ਜਿਸ ਘਰ 'ਚ ਜਾਏਗੀ ਉਹ ਘਰ ਵੀ ਸੋਹਣਾ ਲੱਗੇਗਾ, ਅਤੇ ਜਿਹੜੀ ਬੀਬੀ ਭੈਣ ਚੋਵੇਗੀ ਉਹ ਦੁਆਵਾਂ ਦੇਗੀ ਅਫਜ਼ਲ ਨੂੰ ਕਿ ਸਾਡਾ ਵੀਰ ਸੋਹਣਾ ਕੰਮ ਕਰਦਾ, ਜਿਹੜੀ ਗੱਲ ਕਰਦਾ ਉਹ ਵੀ ਸੋਹਣੀ ਕਰਦਾ। ਕਿਉਂਕਿ ਓਵਰਸੀਜ਼ ਜਿੰਨੇ ਵੀ ਦੋਸਤ ਵੀਰ ਨੇ ਉਹ ਕਹਿੰਦੇ ਨੇ ਅਫਜ਼ਲ ਬਾਈ ਪਿੱਛੇ ਘਰ ਤੁਹਾਡੀ ਭਰਜਾਈ ਹੈ ਜਾਂ ਮਾਂ ਭੈਣ ਹੈ, ਉਹਨੇ ਚੋਣੀ ਹੈ, ਅਤੇ ਉਹਨਾਂ ਦੋਸਤਾਂ ਵਾਸਤੇ ਅੱਜ ਦਾ ਤੋਹਫਾ ਹੈ। ਅਤੇ ਅੱਲਾ ਦੇ ਫਜ਼ਲ ਦੇ ਨਾਲ ਆਪਾਂ ਔਰਤਾਂ ਬੀਬੀਆਂ ਕੋਲੋਂ ਦੁਆਵਾਂ ਹੀ ਲੈਣੀਆਂ ਨੇ, ਮਾਸ਼ਾਅੱਲਾ। ਇਹ ਜਨਾਬ ਪਿੱਛੇ ਵੱਛੀ ਹੈ, ਵੱਛੀ ਦਿਖਾਓ ਜੀ। ਸੂਈ ਨੂੰ ਹੋ ਗਿਆ ਜਨਾਬ 2 ਘੰਟੇ, ਪਿੱਛੇ ਵੱਛੀ
ਤਾਜ਼ਾ ਸੂਈ ਹੈ ਇੱਕ ਦੀਆਂ ਦੋ ਗਾਵਾਂ, ਗਾਏ ਚੋਲਸਤਾਨੀ ਫਰੀਜ਼ਨ ਕ੍ਰਾਸ ਦੇ ਵਿੱਚ, ਅਤੇ ਜਿਹੜੀ ਵੱਛੀ ਹੈ ਉਹ ਵੀ ਚੋਲਸਤਾਨੀ ਫਰੀਜ਼ਨ ਕ੍ਰਾਸ ਦੇ ਵਿੱਚ। ਵੱਛੀ ਦੀ ਗਰਦਨ ਛੱਡਣ ਨਾਲ ਝਾਲਰ ਦਾ ਹਾ ਵੱਛੀ ਦੀ, ਮਾਸ਼ਾਅੱਲਾ ਝਾਲਰ ਹੁਣੇ ਤੋਂ ਵੇਖਣੀ ਦੋਸਤਾਂ ਇਹਨਾਂ ਨੇ ਕਿੰਨੀ ਵੱਡੀ ਝਾਲਰ ਹੈ। ਚੋਲਸਤਾਨੀ ਫਰੀਜ਼ਨ ਕ੍ਰਾਸ ਹੀ ਪਿੱਛੇ ਬੱਛੜੀ ਹੈ, ਗਾਏ ਖੁਦ ਵੀ ਚੋਲਸਤਾਨੀ ਫਰੀਜ਼ਨ ਕ੍ਰਾਸ ਦੇ ਵਿੱਚ। ਕੱਚਾ ਨਾੜੂਆ ਇਹ ਜਨਾਬ ਦੋਸਤ ਵੀਰ ਦਿਖਾ ਸਕਦੇ ਨੇ, ਟੁੱਟ ਗਿਆ ਦਿਖਾਓ ਜੀ, ਨਾੜੂਏ ਦੀ ਤਸੱਲੀ ਕਰਾ ਦੇ। ਇਹ ਜਨਾਬ ਕੱਚਾ ਨਾੜੂਆ ਖੂਨ ਵਾਲਾ ਜਨਾਬ ਨਾਲ ਖੜਾ, ਜੇਰ ਪਾ ਲਈਏ, ਇਹ ਜੇਰ ਵੇਖ ਲੈਣ ਦੋਸਤ ਵੀਰ, ਜੇਰ ਦੀ ਮੁਕੰਮਲ ਤਸੱਲੀ ਦੋਸਤਾਂ ਵੀਰਾਂ ਨੇ ਖੁਦ ਕਰ ਲੈਣੀ ਹੈ। ਜੇਰ ਪਾ ਲਈਏ, ਮੁਕੰਮਲ ਡਿਲੀਵਰੀ ਹੋ ਚੁੱਕੀ ਹੈ, ਬਾਕੀ ਥਣ ਪਾਸ ਕਰਾਵਾਂਗੇ। ਬੱਚਾ ਲਾਓ ਜੀ, ਥਣ ਪਾਸ ਕਰਾਵਾਂਗੇ, ਸੋਹਣਾ ਚਵਾ ਕੱਢੇਗੀ ਅਤੇ ਅੱਲਾ ਦੇ ਫਜ਼ਲ ਦੇ ਨਾਲ ਦੋਸਤ ਵੀਰ ਨੂੰ ਦੇਵਾਂਗੇ। ਜੇ ਸੋਹਣਾ ਚਵਾ ਨਾ ਕੱਢਿਆ ਤਾਂ ਨਹੀਂ ਦੇਣੀ, ਅਤੇ ਉਮੀਦ ਹੈ ਅੱਲਾ ਦੇ ਘਰ ਦੇ ਵਿੱਚ ਪਹਿਲਣ ਹੋ ਕੇ ਸੋਹਣਾ ਚਵਾ ਕੱਢੇਗੀ। ਦੋਸਤਾਂ ਵੀਰਾਂ ਨੇ ਗਾਏ ਦੀਆਂ ਖੂਬਸੂਰਤੀਆਂ, ਬਰੀਕੀਆਂ, ਸਾਰੀਆਂ ਗੱਲਾਂ ਸਾਹਮਣੇ ਰੱਖਣੀਆਂ ਨੇ, ਅਤੇ ਅੱਜ ਦਾ ਰੇਟ ਵੀ ਸਾਹਮਣੇ ਰੱਖਣਾ, ਅਤੇ ਅੱਲਾ ਦੇ ਫਜ਼ਲ ਦੇ ਨਾਲ ਦੁਆਵਾਂ ਹੀ ਦੇਣਗੇ ਕਿ ਅਫਜ਼ਲ ਕੰਮ ਕਰਦਾ ਹੈ। ਬਾਕੀ ਦੋਸਤਾਂ ਨੂੰ ਪਤਾ ਹੈ ਪੰਜਾਬ ਦਾ ਸਭ ਤੋਂ ਸਸਤਾ ਚੈਨਲ, ਚੰਗੇ ਜਾਨਵਰ ਦੇਣ ਵਾਲਾ, ਸੁੱਚੇ ਮੋਤੀ ਦੇਣ ਵਾਲਾ, ਸੋਨਾ ਵੇਚਣ ਵਾਲਾ ਅਤੇ ਘੱਟ ਮੁੱਲ 'ਚ ਦੇਣ ਵਾਲਾ, ਇਹ ਸਿਰਫ ਚੈਨਲ ਮੇਰਾ ਐਨੀਮਲ ਟੀਵੀ ਹੈ। ਬਾਕੀ ਗੱਲਾਂ ਹੀ ਨੇ, ਬਾਕੀ ਗੱਲਾਂ ਹੀ ਨੇ, ਕੰਮ ਮੈਂ ਨਹੀਂ ਦੱਸਾਂਗਾ ਆਪਣਾ, ਕੰਮ ਮੇਰਾ ਚੈਨਲ ਦੱਸੇਗਾ, ਮੇਰੇ ਜਾਨਵਰ ਦੱਸਣਗੇ, ਮੇਰਾ ਸਟਾਈਲ ਦੱਸੇਗਾ ਕਿ ਕੰਮ ਕੈਸਾ ਕਰਦਾ ਸੁੱਚਾ ਅਤੇ ਖਰਾ। ਜਾਨਵਰ ਅਗਰ ਮੇਰਾ ਐਨੀਮਲ ਟੀਵੀ ਦੀ ਜ਼ੀਨਤ ਬਣਨ ਲੱਗਿਆ ਅਤੇ ਚਾਰੇ ਨੁੱਕਰਾਂ ਤੋਂ ਪੂਰਾ ਅਤੇ ਤਾਂ ਹੀ ਬਣਨ ਲੱਗਿਆ, ਇਹਦੀ ਲੱਤ ਨੂੰ ਰੱਸਾ ਪਾ ਦੇ ਜਾਂ ਪਕੜ ਕੇ ਬਹਿ ਜਾਓ ਅੱਗੇ, ਜਾਂ ਪਿੱਛੇ ਵੱਛੀ ਗਾਏ ਖੁਦ ਵੀ ਵੱਛੀ ਪਹਿਲਣ, ਪਹਿਲਾ ਵਾਰਾ ਸੂਆ ਪੁੱਤਰ ਫੜ ਕੇ ਬਹਿ, ਛੋਟੇ ਹੋਏ ਵੱਛੀ ਨੂੰ ਫੜ ਕੇ ਬਹਿ ਜਾ ਗਾਏ ਦੇ ਅੱਗੇ, ਮਾਸ਼ਾਅੱਲਾ। ਠਹਿਰ ਜੀ ਵੀ, ਠਹਿਰ ਜੀ ਦੱਸ ਕੇ ਇਹ ਥਣ ਕਿਹੜਾ ਵੱਛੀ ਅੱਗੇ ਫੜ ਕੇ, ਠਹਿਰ ਜੀ ਵੱਛੀ ਤਾਂ ਇੱਥੋਂ ਫੜੀ ਨਹੀਂ ਜਾਂਦੀ, ਉੱਥੇ ਬਹਿ, ਉੱਥੇ ਵੱਛੀ ਲਿਆ, ਇੱਥੇ ਵੱਛੀ ਅੱਗੇ, ਇੱਥੇ ਹਾਂ, ਚੱਲ ਵੀ ਇਹ ਬਹਿਣੀ ਵਾਲਾ, ਅਗਲਾ ਸੋਹਣਾ ਚੂਹਾ। ਨਾਲ ਨਾਲ ਦੋਸਤਾਂ ਵੀਰਾਂ ਨੇ ਥਣ ਵੀ ਵੇਖਣਾ, ਠਹਿਰੀ ਇੱਕ ਮਿੰਟ, ਹੱਥ ਪਿਛਾ ਕਰ, ਇਹ ਅੱਜ ਹੀ ਆਏ ਸ਼ਹਿਜ਼ਾਦਿਆ, ਅੱਜ ਦੇ ਤੋਹਫੇ ਸ਼ਹਿਜ਼ਾਦੇ ਹੀ ਨੇ, ਮਾਸ਼ਾਅੱਲਾ। ਇਹ ਬਹਿਣੀ ਵਾਲਾ ਜੀ, ਬਹਿਣੀ ਵਾਲਾ ਅਗਲਾ, ਅਨ ਬਹਿਣੀ ਵਾਲਾ ਅਗਲਾ, ਮਾਸ਼ਾਅੱਲਾ ਖੈਰ ਹੋ ਗਈ। ਬਹਿਣੀ ਵਾਲਾ ਪਿਛਲਾ, ਮਾਸ਼ਾਅੱਲਾ ਬੜਾ ਸੋਹਣਾ ਚਵਾ ਯਾਰ, ਏਡਾ ਮੋਟਾ ਚਵਾ, ਕਮਾਲ ਦਾ ਚਵਾ, ਮਾਸ਼ਾਅੱਲਾ ਜੀ। ਅੱਲਾ ਤਾਲਾ ਨੇ ਭਾਗ ਨਸੀਬ ਵੀ ਸੋਹਣੇ ਲਾਏ ਨੇ, ਜਿੱਡੀ ਪੇਟੀ ਚੋੜੀ ਥੱਲੋਂ, ਟੋਡਾ ਹੀ ਲਿਬਾਸ ਅਵਾਨਾ ਚੋੜਾ ਹੈ, ਸਾਫ਼ ਸੁਥਰਾ ਬਰਤਨ, ਕੋਈ ਲੋ ਨਹੀਂ, ਕੋਈ ਪਾਲ ਨਹੀਂ। ਦੁਬਾਰਾ ਚੈੱਕ ਕਰੋ ਜੀ ਯਾਰ, ਕਿਆ ਬਾਤ ਹੈ, ਦਿਲ ਰਾਜ਼ੀ ਹੋ ਗਿਆ, ਦਸ ਪੰਜਾਹ ਦੀ ਵੰਡ ਹੈ ਯਾਰ, ਕਿਆ ਬਾਤ ਹੈ, ਦਸਾਂ ਪੰਜਾਹ ਦੀ, ਚਾਰੇ ਤਰ੍ਹਾਂ ਦੀਆਂ ਤਾਰਾਂ ਚੈੱਕ ਕਰ ਲਈਆਂ ਨੇ, ਕੋਈ ਛੱਟਾ ਨਹੀਂ, ਕੋਈ ਫੁਹਾਰ ਨਹੀਂ, ਇਹਨੂੰ ਕਹਿੰਦੇ ਨੇ ਸੁੱਚੇ ਮੋਤੀ, ਅਤੇ ਸੁੱਚੇ ਮੋਤੀ ਵੇਚੀਦੇ ਨੇ, ਅਤੇ ਅੱਜ ਦਾ ਜਾਨਵਰ ਵੀ ਸੁੱਚਾ ਖਰਾ ਸਾਫ਼ ਸੁਥਰਾ, ਮਾਸ਼ਾਅੱਲਾ ਮਾਸ਼ਾਅੱਲਾ ਜੀ, ਦਿਲ ਰਾਜ਼ੀ ਹੋ ਗਿਆ, ਪਿੱਛੇ ਹੋ ਜਾਓ ਜਨਾਬ, ਕੋਈ ਮਸਲਾ ਨਹੀਂ, ਖੋਲ੍ਹ ਦੇ ਬੰਗਾ, ਦਿਆਂਗੇ ਤਸੱਲੀ ਨਾਲ, ਅਤੇ ਦਿਆਂਗੇ ਕਿਸੇ ਸੱਜਣ ਬੇਲੀ ਨੂੰ, ਕਿਉਂਕਿ ਲਾਮੇ ਵਾਲੀ ਨਹੀਂ ਹੈ, ਅਤੇ ਜਾਨਵਰ ਪਾਈਦਾ ਵੀ ਸਾਫ਼ ਸੁਥਰਾ ਹੀ ਹੈ, ਕਦੇ ਲਾਮਾ ਨਹੀਂ ਆਇਆ, ਅਤੇ ਅੱਜ ਵਾਲਾ ਜਾਨਵਰ ਦਿਆਂਗੇ ਕਿਸੇ ਸੱਜਣ ਬੇਲੀ ਨੂੰ, ਜਿਹੜਾ ਦੁਆਵਾਂ ਦੇਵੇਗਾ ਅੱਲਾ ਦੇ ਫਜ਼ਲ ਦੇ ਨਾਲ। ਜੇਰ ਪਾ ਲਈ ਸੀ ਦੋਸਤਾਂ ਵੀਰਾਂ ਨੂੰ, ਫਿਰ ਤਸੱਲੀ ਕਰਾ ਦਿੰਦੇ ਹਾਂ, ਜੇਰ ਮੁਕੰਮਲ ਪਾ ਲਈ, ਡਿਲੀਵਰੀ ਹੋ ਚੁੱਕੀ ਹੈ। ਬਾਕੀ ਦੋਸਤਾਂ ਨੂੰ ਹੁਣ ਮਾਲਕ ਨਾਲ ਗੱਲਾਂ ਕਰਵਾਉਂਦੇ ਹਾਂ। ਅਸਲਾਮੁਅਲੈਕੁਮ, ਕੀ ਹਾਲ ਹੈ ਭਾਈ ਜਾਨ? ਠੀਕ ਠਾਕ। ਕੀ ਨਾਮ ਹੈ ਮੇਰੇ ਭਰਾ? ਇਮਤਿਆਜ਼ ਅਲੀ ਜੀ। ਇਮਤਿਆਜ਼ ਅਲੀ,
ਇਮਤਿਆਜ਼ ਅਲੀ ਭਾਈ ਗਾਏ ਦਹਾਈਏ ਜੇਰ ਪਾ ਲਈਏ ਮਾਸ਼ਾਅੱਲਾ ਜੀ ਅੱਲਾ ਦੇ ਹੁਕਮ ਨਾਲ ਔਰ ਤੁਸੀਂ ਕਿਹਾ ਕਿ 2 ਘੰਟੇ ਹੋ ਗਏ 2 ਘੰਟੇ ਹੋ ਗਏ ਜੀ ਸੂਈ ਨੂੰ ਮਾਸ਼ਾਅੱਲਾ ਅੱਛਾ ਪਿੱਛੇ ਵੀ ਬੱਚੀਏ ਗਾਏ ਖੁਦ ਵੀ ਬੱਚੀ ਖੁਦ ਵੀ ਬੱਚੀ ਪਹਿਲਣ ਜੀ 2 ਗਾਵਾਂ ਜਨਾਬ ਜੀ ਕੀਮਤ 1 ਦੀ ਭਰਨੀ ਲੈਣੀ 2 ਲੈਣੀਆਂ 2 ਨੇ ਮਾਸ਼ਾਅੱਲਾ ਪਹਿਲਾ ਵਾਰਾ ਸੂਈ ਪਹਿਲਾ ਇਨਸ਼ਾਅੱਲਾ ਜੀ ਪਹਿਲਾ ਮੂੰਹ ਚੌਗੀ ਚੌਗੀ ਮਜ਼ਾ ਆ ਗਿਆ ਅੱਛਾ ਭਾਈ ਜੀ ਗਰੰਟੀਆਂ ਤਸੱਲੀਆਂ ਬਿਲਕੁਲ ਹਰ ਗੱਲ ਇਹ ਦੁੱਧ ਕਿਲੋ ਘੱਟ ਦੇ ਦੇਵੇ ਪਰ ਬਿਮਾਰੀ ਨਹੀਂ ਹੋਣੀ ਚਾਹੀਦੀ ਜਾਨਵਰ ਖਰਾ ਹੋਣਾ ਚਾਹੀਦਾ ਹਰ ਤਰ੍ਹਾਂ ਦੀ ਗਰੰਟੀ ਯਾਰ ਹਰ ਤਰ੍ਹਾਂ ਦੀ ਕੋਈ ਕਿਸੇ ਕਿਸਮ ਦਾ ਥਣਾ ਚ ਵਾਦਾ ਘਾਟਾ ਕਿਸੇ ਕਿਸਮ ਦਾ ਹੋਵੇ ਤੇਰੀ ਜ਼ਿੰਮੇਵਾਰੀ ਯਾਰ ਮੇਰੀ ਹੋਵੇਗੀ ਗਾਂ ਸੌਬ ਨਹੀਂ ਲੈਣਾ ਗਾਂ ਮੈਂ ਮੁਫਤ ਦੇਾਂਗੇ ਹੋਰ ਦਾ ਮੁਫਤ ਦੇਾਂਗੇ ਅੱਛਾ ਜੋ ਬਰਤਨ ਹੈ ਗਾਏ ਦੇ ਕੋਲੇ ਜੋ ਥਣ ਲੱਗਿਆ ਸੋਹਣਾ ਅੱਛਾ ਯਾਰ ਥਣ ਬੜਾ ਸੋਹਣਾ ਜੀ ਇਨਸ਼ਾਅੱਲਾ ਇਹ ਨਸਲ ਹੀ ਐਸੀ ਵੀ ਥਣ ਇਨਸ਼ਾਅੱਲਾ ਰੱਖੇ ਬੜਾ ਸੋਹਣਾ ਥਣ ਕੱਢਿਆ ਯਾਰ ਦਿਲ ਹੀ ਰਾਜ਼ੀ ਕਰ ਦਿੱਤਾ ਹੈ ਅੱਛਾ ਜੋ ਮਾਸ਼ਾਅੱਲਾ ਥਣ ਲੱਗਿਆ ਜੋ ਲਿਬਾਸ ਵਨ ਹੈ ਹੈ ਜੀ ਕਿੰਨੇ ਕੋ ਅੱਲਾ ਦੇ ਘਰ ਚ ਮੀਂਹ ਦੇ ਦੁੱਧ ਕਰੇ ਅਸਲ ਇਹਨੇ ਤੇ ਨਾ ਕੋ ਬਾਹ ਥਾਂ ਤੇ ਆਪਣੇ ਚੱਡੇ ਤੇ ਨਾ ਕੋ ਗੱਲ ਹੈ ਨਾ ਕੋ ਬਾਤ ਜਿੰਨਾ ਹੈਗਾ ਬੱਚੀ ਮਾਸ਼ਾਅੱਲਾ 2 ਘੰਟੇ ਦੀ ਪਿੰਦੀ ਫਿਰ ਖੁੱਲੀ ਫਿਰਦੀ ਹੋਵੇ ਖੁੱਲੀ ਫਿਰਦੀ ਉਵੇਂ ਹੀ ਅੱਛਾ ਪਿੰਦੀ ਫਿਰਦੀ ਆਦੀ ਮਰਜ਼ੀ ਨਾ ਆਦੀ ਮਰਜ਼ੀ ਨਾ ਛੱਡਦੀ ਫਿਰਦੀ ਅੱਛਾ ਤੇ ਇਹਨੂੰ 2 ਘੰਟੇ ਹੋ ਗਏ ਸੂਈ ਨੂੰ ਜੇਰ ਪਾ ਲਈ ਹੈ ਤੇ ਬਰਤਨ ਹੈ ਜੋ ਗਾਏ ਦੇ ਕੋਲ ਦੁੱਧ ਵਾਲੀ ਗੱਲ 14 ਲੀਟਰ ਇਨਸ਼ਾਅੱਲਾ ਵੱਧ ਜਾਵੇਗੀ ਘਟਦੀ ਨਹੀਂ 14 ਤੋਂ ਵਧੇਗੀ ਘਟਦੀ ਨਹੀਂ ਹਾਂਜੀ ਜੇ ਅਗਰ ਕਿਸੇ ਨੂੰ ਮਤਲਬ ਡਾਊਟ ਹੋਵੇ ਤੇ 2 ਦਿਨ ਠਹਿਰ ਕੇ ਮੈਂ ਚਵਾ ਸਕਦਾ ਇਨਸ਼ਾਅੱਲਾ ਆ ਬੋਲੇ ਤੂੰ ਤਕਰੀਬਨ 3-4 ਦਿਨ ਬਾਅਦ ਹਾਂਜੀ ਆ ਤੇ ਅੱਲਾ ਦੇ ਹੁਕਮ ਨਾਲ ਚੋਣਾ ਕਰੇ 2 ਦਿਨਾਂ ਬਾਅਦ ਇਨਸ਼ਾਅੱਲਾ ਸਿੱਧੀ ਹੋ ਜਾਏਗੀ ਚਲੋ 3 ਦਿਨ ਗਾਏ ਇਹ ਖਲੋਂਦੀ ਹੀ ਨਹੀਂ ਅੱਲਾ ਦੇ ਫਜ਼ਲ ਦੇ ਨਾਲ ਬਾਕੀ ਤੇਰਾ ਜਿਹੜਾ ਵੀ ਜਾਨਵਰ ਭੇਜਿਆ ਅੱਲਾ ਦੇ ਫਜ਼ਲ ਇਹ ਬੰਦੇ ਮੰਗਦੇ ਨੇ ਇਨਸ਼ਾਅੱਲਾ ਮੇਰਾ 14 ਲੀਟਰ ਤੋਂ ਘੱਟ ਵਧੇਗੀ ਘਟਦੀ ਨਹੀਂ ਘਟਦੀ ਮੇਰੀ ਗਰੰਟੀ ਹਰ ਗੱਲ ਦੀ ਗਰੰਟੀ ਪੱਕੀ ਗੱਲ ਹੈ ਪੱਕੀ ਗੱਲ 14 ਤੋਂ ਵਧੇਗੀ ਲੋਹੇ ਤੋੜ 14 ਦਿਨ ਦੱਸੀ ਜਾਂਦੇ ਇਨਸ਼ਾਅੱਲਾ ਲਿਬਾਸ ਵਾਨਾ ਹੀ ਦੱਸੀ ਜਾਂਦਾ ਬਰੀਕ ਬੜੀ ਬਰੀਕ ਬਰੀਕ ਬੜੀ ਮਾਸ਼ਾਅੱਲਾ ਬਰੀਕ ਬਹੁਤ ਹੈ ਜੀ ਜੀ ਤੇ ਇਹਨੇ ਨਹੀਂ ਦੁੱਧ ਦੇਣਾ ਤੇ ਦੇਣਾ ਅਗਰ ਕਦੇ ਮੇਰੇ ਡੰਗਾ ਲਾਂਭਾ ਆਇਆ ਤੂੰ ਕਹਿ ਸਕਣਾ ਜੇ ਅਗਰ ਆਇਆ ਤੂੰ ਇਹ ਵੀ ਨਾ ਲਾ ਚੈਨਲ ਨਹੀਂ ਨਹੀਂ ਲਾਮਾ ਨਹੀਂ ਆਇਆ ਲਾਵਾਂਗਾ ਚੈਨਲ ਤੇ ਲਾਮਾ ਨਹੀਂ ਆਇਆ ਲਾਵਾਂਗਾ ਚੈਨਲ ਤੇ ਅੱਛਾ ਗੱਲਾਂ ਸਾਰੀਆਂ ਸੋਹਣੀਆਂ ਹੋ ਗਈਆਂ ਮਾਸ਼ਾਅੱਲਾ ਤੂੰ ਇਹ ਦੱਸ ਪਿਆਰ ਮੁਹੱਬਤ ਵਾਲਾ ਮੁੱਲ ਕਰ ਜਿਹੜਾ ਮੈਂ ਲਾਵਾਂ ਤੇ ਦੋਸਤ ਵੀਰ ਮੇਰੇ ਸਿਰੇ ਹੋ ਜਾਣ ਵੀ ਭਾਈ ਅਸੀਂ ਲੈਣੀ ਹੈ ਦੱਸ ਮੁੱਲ ਦੱਸ ਪਿਆਰ ਮੁਹੱਬਤ ਵਾਲਾ ਮੁੱਲ ਛੋਟਾ ਜਿਹਾ ਹੀ ਹੈ ਛੋਟਾ ਹੈ ਕਰਨਾ ਹੀ ਛੋਟਾ ਹੈ 1,85,000 ਰੁਪਇਆ 1,85,000 ਜੀ 85,000 ਦਿਲ ਖੁਸ਼ ਕਰ ਤੇ ਮੁੱਲ ਨਹੀਂ ਹੈਗਾ ਗਾਏ ਦਾ ਦਿਲ ਖੁਸ਼ ਕਰ ਤੇ ਮੇਰੇ ਭਰਾ ਨੇ ਦਿਲ ਖੁਸ਼ ਕਰਤਾ ਇਹਨੂੰ ਕਹਿੰਦੇ ਨੇ ਯਾਰੀ ਤੇ ਅੱਲਾ ਦੇ ਫਜ਼ਲ ਦੇ ਨਾਲ ਤੇਰਾ ਜਾਨਵਰ ਰੁਕਿਆ ਵੀ ਨਹੀਂ ਇਸੇ ਵਾਸਤੇ ਤੇ ਬਾਕੀ ਦੋਸਤਾਂ ਨੂੰ ਪਤਾ ਹੈ ਮੇਰੇ ਕੰਮ ਦਾ ਅੱਲਾ ਦੇ ਫਜ਼ਲ ਦੇ ਨਾਲ ਲੋਕ ਪੈਸੇ ਕਰਵਾਉਂਦੇ ਨੇ ਤੇ ਕਹਿੰਦੇ ਨੇ ਅਫਜ਼ਲ ਭਾਈ ਭੁੱਲ ਗਏ ਆ ਤੈਨੂੰ ਪੈਸੇ ਦੇ ਕੇ ਕਦੇ ਪਰੇਸ਼ਾਨੀ ਨਹੀਂ ਆਈ ਨਹੀਂ ਆਈ ਜੀ ਤੇ ਅੱਲਾ ਦੇ ਫਜ਼ਲ ਦੇ ਨਾਲ ਆਪਾਂ ਫੌਰੀ ਜਾਨਵਰ ਉਹਨਾਂ ਦੇ ਘਰ ਭੇਜੀਦਾ ਠੀਕ ਹੋ ਗਿਆ ਭਾਈ ਜਾਨ ਲਓ ਜੀ ਦੋਸਤੋ 1,85,000 ਮੁੱਲ ਹੈ 1,85,000 ਨੂੰ ਸਾਹਮਣੇ ਰੱਖਣਾ ਤੇ ਗਾਏ ਨੂੰ ਸਾਹਮਣੇ ਰੱਖਣਾ ਤੇ ਵੱਛੀ ਨੂੰ ਸਾਹਮਣੇ ਰੱਖਣਾ ਤੇ ਲਿਬਾਸ ਵਾਨਾ ਵੇਖਣਾ ਤੇ ਅਸੀਲਤਾ ਸ਼ਰਾਫਤਾਂ ਵੇਖਣੀਆਂ ਨੇ ਔਰਤਾਂ ਚੋਈ ਜਾਣ ਬੰਦੇ ਚੋਈ ਜਾਣ ਜਿੰਨੇ ਮਰਜ਼ੀ ਗਾਏ ਪੈਰ ਚੱਕ ਜਾਵੇ ਜਿਹੜੇ ਘਰ ਜਾਵੇ ਵਾਪਸ ਖਲਾ ਦੇ ਵਾਪਸ ਖਲਾ ਦੇ ਬਿਲਕੁਲ ਲੋਹੇ ਤੋੜ ਗੱਲ ਹਾਂ ਇਹਨੂੰ ਕਹਿੰਦੇ ਨੇ ਤੇ 1,85,000 ਕੋਈ ਮੁੱਲ ਨਹੀਂ ਹੈ 1,85,000 ਸੋਨਾ ਲੈਣਾ ਤੇ ਮੇਰਾ ਐਨੀਮਲ ਟੀਵੀ ਤੋਂ ਲੈਣਾ ਪਿੱਤਲ ਲੈਣਾ ਤੇ ਜੱਗ ਸਾਰਾ ਪੈ ਜਿੱਥੋਂ ਮਰਜ਼ੀ ਲੈ ਲੈਣਾ ਮਿਆਰ ਚਾਹੀਦਾ ਤੇ ਸਿਰਫ ਔਰ ਸਿਰਫ ਮੇਰਾ ਐਨੀਮਲ ਟੀਵੀ ਦਾ ਇੰਤਖਾਬ ਕਰਨਾ ਕਿਉਂਕਿ ਮੇਰਾ ਐਨੀਮਲ ਟੀਵੀ ਮਿਆਰ ਤੋਂ ਪਿੱਛੇ ਨਹੀਂ ਹਟਦਾ ਮਿਆਰ ਸਿਰਫ ਮੇਰਾ ਐਨੀਮਲ ਟੀਵੀ ਤੇ ਲੋਕੇਸ਼ਨ ਹੈ ਜਨਾਬ ਸਾਡੀ ਜ਼ਿਲ੍ਹਾ ਪਾਕਪਤਨ ਸ਼ਰੀਫ ਗਾਏ ਫਿਰ ਦਿਖਾ ਦਿਓ ਆਪੇ ਰੱਜਦੀ ਫਿਰਦੀ ਅਸੀਲਤਾ ਇਹਨੂੰ ਕਹਿੰਦੇ ਨੇ ਗਾਏ ਨੂੰ ਵੰਗਾ ਵੀ ਨਹੀਂ ਪਾਇਆ ਗਾਏ ਨੂੰ ਵੰਗਾ ਕੋਈ ਨਹੀਂ ਪਾਇਆ ਵੰਗਾ ਪਾਇਆ ਸੀ ਇਹਨੂੰ ਕਿ ਗਾਏ ਹੱਲੇ ਨਾ ਗਾਏ ਵੀਡੀਓ ਬਣਾਉਣ ਵਾਲਿਆਂ ਤੋਂ ਹੱਲੇ ਨਾ ਭਾਈ ਕਹਿੰਦਾ ਸੀ ਇਹਨੂੰ ਵੰਗਾ ਵੀ ਨਹੀਂ ਪਾ ਦਿੱਤਾ ਵੀ ਚੁਆਈ ਕਰਾਵੇਗੀ
ਐਡੀ ਅਸੀਲ ਸ਼ਰਾਫ ਹੈ, ਜਿੱਥੇ ਕਦਮ ਰੱਖੇ ਨੇ ਉੱਥੇ ਖੜੀ ਵੰਗੇ ਤੋਂ ਬਗੈਰ। ਬਾਕੀ ਮੇਰੀ ਅੱਜ ਵਾਲੀ ਵੀਡੀਓ ਦੋਸਤਾਂ ਵੀਰਾਂ ਨੂੰ ਪਸੰਦ ਆਵੇ, ਲਾਈਕ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ ਜਨਾਬ। ਫਿਰ ਮਿਲਾਂਗੇ ਇੱਕ ਅੱਛੀ ਵੀਡੀਓ, ਅੱਛੀ ਗਾਇਦ ਨਾਲ। ਇਸ ਵੀਡੀਓ ਦੇ ਨਾਲ ਆਪਣੀ ਮੇਜ਼ਬਾਨ ਮੁਹੰਮਦ ਅਫਜ਼ਲ ਨੂੰ ਦਿਓ ਇਜਾਜ਼ਤ। ਪਾਕਿਸਤਾਨ ਜ਼ਿੰਦਾਬਾਦ।